हेलो दोस्तों बेस्ट फ्यूचर एजुकेशन चैनल ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਇਸ ਵੀਡੀਓ ਚ ਆਪਾਂ ਕਵਰ ਕਰ ਰਹੇ ਹਾਂ ਕੰਪਿਊਟਰ ਰਿਲੇਟਡ ਟੌਪ 15 MCQ ਜੋ ਕਿ ਆਉਣ ਵਾਲੇ ਪੰਜਾਬ ਪੁਲਿਸ ਐਗਜ਼ਾਮ ਐਂਡ ਪੀਪਲਸ ਬੋਰਡ ਵੱਲੋਂ ਕੰਡਕਟ ਕੀਤੇ ਜਾਣ ਵਾਲੇ ਹਾਲ ਐਗਜ਼ਾਮ ਲਈ ਇੰਪੋਰਟੈਂਟ ਰਹਿਣ ਵਾਲੀ ਨੇ। ਤਾਂ ਦੋਸਤੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਐਂਡ ਚੈਨਲ ਤੇ ਫਸਟ ਵਾਰ ਵਿਜ਼ਿਟ ਕਰੇ ਹੋ ਚਲੋ ਸਬਸਕ੍ਰਾਈਬ ਕਰਕੇ ਨਾਲ ਲੱਗੀ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਜ਼ਰੂਰ ਕਰ ਦੇਣਾ ਤਾਂ ਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਕੇ ਕਵੈਸਚਨ ਨੰਬਰ 1 ਜੇਕਰ ਇੱਕ ਕੰਪਿਊਟਰ ਵਿੱਚ ਇੱਕ ਤੋਂ ਵੱਧ ਪ੍ਰੋਸੈਸਰ ਹਨ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਮਲਟੀ ਪ੍ਰੋਸੈਸਰ ਠੀਕ ਹੈ ਜੀ ਤਾਂ ਇਸ ਨੂੰ ਜੋ ਮਲਟੀ ਪ੍ਰੋਸੈਸਰ ਕਿਹਾ ਜਾਂਦਾ ਹੈ ਜੇਕਰ ਕੋਈ ਕੰਪਿਊਟਰ ਦੂਜੇ ਨੂੰ ਡਾਟਾ ਬੇਸ ਸੇਵਾਵਾਂ ਪ੍ਰਦਾਨ ਕਰਦਾ ਹੈ ਤਾਂ ਇਸ ਨੂੰ ਕਿਹਾ ਜਾਵੇਗਾ ताइट आंसर डाटा ता डाटा है डाटाबेस सरवर ठीक है जी तो इस डाटाबेस सरवर कह यू आर एल का पूरा रूप की हैसर है यूनिफॉर्म रिसोर्स लोकेटर ठीक है जी यू आर एल का जो पूरा नाम है यूनिफॉर्म रिसोर्स लोकेटर टैलीफोन नैटवर्क दारा उ डाटा संचारित करके इंटरनेट प्रदान करने वरती जाती तकनोलॉजी की है राइट आंसर है डी एस एल ठीक ही? दी दी जो है जी डी एस एल तो इस फुल है डिजिटल सबक्राइबर लाइन ठीक है जी डी एस एल की जो फुल फॉम है डिजिटल सबक्राइबर लाइन ਕਿਹੜੀ ਕਮਾਂਡ ਫਾਈਲਾਂ ਜਾਂ ਫੋਲਡਰਾਂ ਨੂੰ ਪੱਕੇ ਤੌਰ ਤੇ ਮਟਾਉਣ ਲਈ ਵਰਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਸ਼ਿਫਟ ਪਲੱਸ ਡਿਲੀਟ ਠੀਕ ਹੈ ਜੀ ਜੋ ਸ਼ਿਫਟ ਪਲੱਸ ਡਿਲੀਟ ਕਮਾਂਡ ਹੈ ਇਹ ਕਿਸੇ ਵੀ ਫਾਈਲ ਜਾਂ ਫੋਲਡਰ ਨੂੰ ਪਰਮਾਨੈਂਟਲੀ ਜੋ ਡਿਲੀਟ ਕਰ ਦਿੰਦੀ ਹੈ ਐਚ ਟ ਟੀ ਪੀ ਦਾ ਪੂਰਾ ਨਾਮ ਕੀ ਹੈ ਦਾ ਰਾਈਟ ਆਨਸਰ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਠੀਕ ਹੈ ਜੀ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਮੈਮਰੀ ਨੂੰ ਅਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਰੈਮ ਠੀਕ ਹੈ ਇੱਥੇ ਜੋ ਟੈਂਪਰੇਰੀ ਮੈਮਰੀ ਬਾਰੇ ਪੁੱਛਿਆ ਗਿਆ ਹੈ ਤਾਂ ਇਹ ਆਪਣਾ ਰਾਈਟ ਆਨਸਰ ਜੋ ਰੈਮ ਹੋਵੇਗਾ ਐਂਡ ਜੇਕਰ ਪਰਮਾਨੈਂਟਲੀ ਮੈਮਰੀ ਬਾਰੇ ਪੁੱਛਿਆ ਜਾਵੇ ਜਨਕੀ ਸਥਾਈ ਮੈਮਰੀ ਬਾਰੇ ਪੁੱਛਿਆ ਜਾਵੇ ਤਾਂ ਉਹ ਰਾਈਟ ਆਨਸਰ ਆਪਣਾ ਰੋਮ ਹੋਵੇਗਾ ਸੁਪਰ ਕੰਪਿਊਟਰ ਦੀ ਗਤੀ ਮਾਪਣ ਲਈ ਕਿਹੜੀ ਇਕਾਈ ਵਰਤੀ ਜਾਂਦੀ ਹੈ ਆ ਰਾਈਟ ਆਨਸਰ ਹੈ 플롭ਸ ਠੀਕ ਹੈ 플롭ਸ ਵਰਤੀ ਜਾਂਦੀ ਹੈ ਐਂਡ ਜੋ 플롭ਸ ਦੀ ਜੋ ਫੁੱਲ ਫਾਰਮ ਹੈ 플로ਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ 플로ਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ ਚੁਣੇ ਹੋਏ ਟੈਕਸਟ ਨੂੰ ਕੱਟਣ ਲਈ ਤੁਹਾਨੂੰ ਕਿਹੜੀਆਂ ਕੀਜ਼ ਦਬਾਉਣੀਆਂ ਪੈਣਗੀਆਂ ਦਾ ਰਾਈਟ ਆਨਸਰ ਹੈ ਕੰਟਰੋਲ ਐਕਸ ਠੀਕ ਹੈ ਜੀ ਜੋ ਕੰਟਰੋਲ ਐਕਸ ਹੈ ਇਸਰ ਅਹੀਂ ਆਪਾਂ ਕਿਸੇ ਵੀ ਟੈਕਸਟ ਨੂੰ ਜੋ ਠੀਕ ਹੈ ਜੀ ਸਿਲੈਕਟ ਕਰਕੇ ਯਾਨੀ ਕਿ ਕੱਟ ਕਰਕੇ ਉਸ ਨੂੰ ਆਪਾਂ ਕਿਤੇ ਵੀ ਪੇਸਟ ਕਰ ਸਕਦੇ ਹਾਂ ਠੀਕ ਹੈ ਜੀ ਐਂਡ ਜੋ ਕੰਟਰੋਲ ਸੀ ਹੈ ਇਸਰ ਅਹੀਂ ਆਪਾਂ ਜੋ ਕਾਪੀ ਕਰ ਲਵਾਂਗੇ ਐਂਡ ਕੰਟਰੋਲ ਐਕਸ ਰਹੀਂ ਇਸ ਨੂੰ ਆਪਾਂ ਜੋ ਕੱਟ ਕਰ ਲਵਾਂਗੇ ਕਿਸੇ ਵੀ ਟੈਕਸਟ ਨੂੰ ਸੀ ਪਲੱਸ ਪਲੱਸ ਪਾਸਾ ਕੈਸਾ ਵਿਕਸਿਤ ਕੀਤੀ ਗਈ ਤਾਂ ਰਾਈਟ ਆਨਸਰ ਹੈ ਬਾਜਾਰ ਨੇ ਸਟਰੋਸ ਟ੍ਰਾਪਾ ਠੀਕ ਹੈ ਜੀ ਬਾਜਾਰ ਨੇ ਸਟਰੋਸ ਟ੍ਰਾਪਪ ਦੁਆਰਾ ਜੋ ਸੀ ਪਲੱਸ ਪਲੱਸ ਜੋ ਲੈਂਗੁਏਜ ਬਣਾਈ ਗਈ ਸੀ ਤੁਸੀਂ ਕਿਸ ਕੀ ਦੀ ਵਰਤੋਂ ਕਰਕੇ ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਿਟਾ ਸਕਦੇ ਹੋ ਤਾਂ ਰਾਈਟ ਆਨਸਰ ਹੈ ਬੈਕਸਪੇਸ ਠੀਕ ਹੈ ਜੀ ਆਪਣੇ ਜੋ ਮਾਊਸ ਦਾ ਕਰਸਰ ਹੁੰਦਾ ਹੈ ਠੀਕ ਹੈ ਆਪਾਂ ਕੋਈ ਵੀ ਇੱਥੇ ਇੱਕ ਵਰਡ ਲਿਖ ਰਹੇ ਹਾਂ ਠੀਕ ਹੈ ਜੀ ਤੇ ਇੱਥੇ ਆਪਣਾ ਜੋ ਕਰਸਰ ਹੈ ਤਾਂ ਆਪਾਂ ਜੋ ਆਪਣੇ ਲੈਫਟ ਸਾਈਡੋਂ ਕਿਸੇ ਵੀ ਅੱਖਰ ਇੱਕ ਅੱਖਰ ਨੂੰ ਆਪਾਂ ਮਿਟਾਉਣਾ ਤਾਂ ਆਪਾਂ ਜੋ ਬੈਕਸਪੇਸ ਦੀ ਵਰਤੋਂ ਕਰਾਂਗੇ ਪਹਿਲਾ ਕੰਪਿਊਟਰ ਵਾਇਸ ਹੈ ਤਾਂ ਰਾਈਟ ਆਨਸਰ ਹੈ ਕਰੀਪਰ ठीक है जो क्रीपर है पहला कंप्यूटर वायरस है आई एस पी का पूरा नाम की है। ता राइट आंसर है इंटरनेट सर्विस प्रोवाइडर ठीक है जी इंटरनेट सर्विस प्रोवाइडर ऑपरेटिंग सिस्टम की है राइट आंसर है सिस्टम सॉफ्टवेयर ठीक सिस्टम, है जी ऑपरेटिंग सिस्टम एक सिस्टम सॉफ्टवेयर है एलयू पूरा करो ठीक है जी जानि कि एलयू दी जो फुल फॉर्म की है आंसर है अथमैटिक लॉजिक यूनिट ठीक है जी अर्थमैटिक लॉजिक यूनिट ਇਸ ਤਰ੍ਹਾਂ ਦੋਸਤੋ ਅੱਜ ਆਪਣੇ ਜੋ ਕੰਪਿਊਟਰ ਲੈਟਰ ਟੌਪ ਆਫ 15 MCQਸ ਸਮਾਪਤ ਹੋਈ ਨੇ ਵੀਡੀਓ ਵਧੀਆ ਲੱਗੀ ਹੈ ਹੈਲਪਫੁਲ ਲੱਗੀ ਹੈ ਲਾਈਕ ਕਰੋ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ